मलिया कर
कबीर जी दे इस श्लोक विच रब नाल रिश्ता जोड़न वाले दी दृढ़ता, मन दी दृढ़ता दा जिक्र है। कबीर संत ना छोड़ा है संत ही, जो कोटक मिले असंत। अनेका नास्तिकों विच जे कोई रब नाल प्रभु नाल जुड़िया होया मनुख होवे तां ओ उन्हां नास्तकां दी विचारधारा उन्हां दा प्रभाव नहीं ग्रहण करदा। उन्हां दे प्रभाव थले ओ अपने मालिक नालों टुटदा नहीं। संत दे हिरदे दी अवस्था दी दृढ़ता बाबा कबीर जी ने फरमाई ते नाल ही एक एग्जाम्पल दिती। कहन लगे मलियागर भुयंगम बेड़ेओ, चंदन दा बूटा दरखत जिंदे दुआले तने दे हर पासे भुयंगम सोपा ने लपेट पाई हुंदी है। क्यों? क्योंकि चंदन शीतलता रखता है, ठंडक रखता है, ते सप अपनी जहर नाल आपे परेशान होंदे ने, ते उस परेशानी तो शीतलता विच आउण लई कोशिश करदे ने कि चंदन दी लकड़ दी चंदन दे द्वाले लिपटन नाल भला सानू शांति शीतलता मिल जाए।
पर एक ख्याल करियो बाबा कबीर कहंदे ने उन्हां नूं तां हो सकदा शीतलता मिल जांदी होवे पर उन्हां दी तपत अंदर दी जिहड़ी जिस नूं ओह शीतल करना चाहुंदे ने उस तपत दे नाल कदी चंदन ते असर नहीं पैंदा ओह प्रभाव नहीं कबूलदा ਉਹ ਉਹਨਾਂ ਵਾਂਗੂ ਤਪਤ ਵਿੱਚ ਨਹੀਂ ਆਉਂਦਾ ਫਿਰ ਵੀ ਸੀਤਲ ਰਹਿੰਦਾ ਬਾਬਾ ਕਬੀਰ ਕਹਿੰਦੇ ਨੇ ਮਲਿਆਗਰ ਭੁਜੰਗਮ ਭੇਡਿਓ ਤਾਂ ਸੀਤਲਤਾ ਮੈਂ ਤਜੰਤ ਉਹ ਆਪਣੀ ਠੰਡਕ ਨਹੀਂ ਛੱਡਦਾ ਕਹਿਣ ਲੱਗੇ ਸੰਤ ਦੀ ਬਿਰਤੀ ਵੀ ਇਹੋ ਹੈ ਇੱਕ ਖਿਆਲ ਕਰਿਓ ਸੰਤ ਇਸ ਅਵਸਥਾ ਦਾ ਨਾਮ ਹੈ ਪੇਖ ਦਾ ਨਾਮ ਸੰਤ ਨਹੀਂ ਜੋ ਅੱਜ ਅਖਵਾਇਆ ਜਾਂਦਾ ਹੈ ਕਿਸੇ ਵੱਡੇ ਡੇਰਿਆਂ ਦੇ ਵਿੱਚ ਰਹਿਣ ਵਾਲੇ ਗੱਦੀਆਂ ਲਗਾ ਕੇ ਬੈਠਣ ਵਾਲੇ ਦਾ ਨਾਮ ਸੰਤ ਨਹੀਂ ਸਤਿਗੁਰੂ ਨੇ ਬਾਣੀ ਵਿੱਚ ਕਈ ਥਾਵੇਂ ਫੈਸਲਾ ਦਿੱਤਾ ਹੈ ਇੱਥੇ ਵੀ ਇਹੋ ਹੈ ਕਹਿੰਦੇ ਨੇ ਰੱਬ ਨਾਲ ਇੰਨਾ ਗੂੜਾ ਤੇ ਦ੍ਰਿੜ ਰਿਸ਼ਤਾ ਹੁੰਦਾ ਹੈ ਸੰਤ ਦਾ ਜਿਵੇਂ ਪਹਿਲਾਦ ਨੇ ਆਖਿਆ ਨਾ ਇੱਕ ਰਾਮ ਨਾ ਛੋਡੋ ਗੁਰਹਿਗਾਰ ਮੋਕੋ ਕਹਲ ਜਾਰ ਭਾਵੇਂ ਮਾਰ ਡਾਰ ਬਾਬਾ ਨਾਮਦੇਵ ਜੀ ਨੇ ਵੀ ਇੱਕ ਗੱਲ ਆਖੀ ਕਹਿਣ ਲੱਗੇ ਤੇਰੀ ਭਗਤ ਨਾ ਛੱਡੋ ਭਾਵੇਂ ਲੋਕ ਹੱਸੇ ਲੋਕ ਭਾਵੇਂ ਮੇਰੇ ਤੇ ਹਾਸਾ ਕਰਨ ਮੇਰਾ ਮਜ਼ਾਕ ਕਰਨ ਮੈਨੂੰ ਉਸ ਪਾਸੇ ਧਿਆਨ ਨਹੀਂ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ ਕਹਿਣ ਲੱਗੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ ਚਰਨ ਕਮਲ ਮੇਰੇ ਹੀਰੇ ਬਸੇ ਕਹਿਣ ਲੱਗੇ ਬਾਬਾ ਨਾਮਦੇਵ ਜੀ ਤੁਹਾਡੇ ਵਿੱਚ ਇਹ ਦ੍ਰਿੜਤਾ ਕਿਵੇਂ ਕਹਿਣ ਲੱਗੇ ਇਸ ਤਰ੍ਹਾਂ ਹੀ ਜੈ ਅਗਲੀ ਲਾਈਨ ਹੈ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੇ ਜਿਵੇਂ ਕਿਸੇ ਦੀ ਆਪਣੀ ਦੌਲਤ ਕੋਈ ਖੋ ਰਿਹਾ ਹੋਵੇ ਤੇ ਉਹ ਮੌਤ ਨਾਲ ਵੀ ਕਬੂਲ ਕੇ ਮੌਤ ਨੂੰ ਵੀ ਕਬੂਲ ਕੇ ਆਪਣੀ ਦੌਲਤ ਬਚਾਉਂਦਾ ਛੱਡਦਾ ਨਹੀਂ ਕਹਿਣ ਲੱਗੇ ਜੈਸੇ ਆਪਣੇ ਤਰ੍ਹਾਂ ਪ੍ਰਾਣੀ ਮਰਨ ਮੰਡੇ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੇ ਸੰਤ ਦੀ ਨਿਸ਼ਾਨੀ ਕੀ ਹੈ ਭੇਖ ਨਹੀਂ ਇੱਕ ਖਿਆਲ ਕਰਿਓ ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਾ ਖੁਦਾ ਹੈ ਇੰਨੀ ਦ੍ਰਿੜਤਾ ਤੇ ਇੰਨੀ ਸਾਬਤ ਦਿਲੀ ਉਸਦੀ ਅਵਸਥਾ ਵਿੱਚ ਹੋਵੇ ਉਹ ਸੰਤ ਹੈ ਸੰਤ ਰੋਜ਼ ਭੇਖ ਨਹੀਂ ਬਦਲਦਾ ਚਾਰ ਨਹੀਂ ਬਦਲਦਾ ਬਚਨ ਨਹੀਂ ਬਦਲਦਾ ਬਲਕਿ ਗੁਰੂ ਕਹਿੰਦੇ ਨੇ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾਣਕੋ ਪਾਕ ਸੁਆਮੀ ਸਤਿਗੁਰੂ ਕਹਿੰਦੇ ਨੇ ਸੂਰ ਵੀਰ ਬਚਨ ਕੇ ਬਲੀ ਵਿਚਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ ਸਿਧਾਂਤ ਨੂੰ ਬਦਲਿਆ ਨਹੀਂ ਜਾ ਸਕਦਾ ਕਿਉਂਕਿ ਉਹ ਰੱਬੀ ਸਿਧਾਂਤ ਦੇ ਰਿਸ਼ਤੇ ਵਿੱਚ ਹੁੰਦੇ ਨੇ ਇਸ ਲਈ ਉਹਨਾਂ ਵਿੱਚ ਇਸ ਤਰ੍ਹਾਂ ਕਿਸੇ ਦੇ ਕਿਹਾ ਜਾਂ ਕਿਸੇ ਦੇ ਪ੍ਰਭਾਵ ਥੱਲੇ ਚੇਂਜ ਨਹੀਂ ਆਉਂਦੀ ਮੈਂ ਇੱਕ ਵਾਰ ਕੀਤੀ ਸੀ ਮਨੁੱਖ ਬਦਲਦਾ ਹੈ ਕਿਸ ਤਰ੍ਹਾਂ ਜਾਂ ਡਰ ਨਾਲ ਜਾਂ ਲੋਭ ਨਾਲ ਲਾਲਚ ਨਾਲ ਦੁਨੀਆਂ ਦੇ ਲੋਕ ਕਿਸੇ ਨੂੰ ਬਦਲਦੇ ਨੇ ਜੇ ਉਹਦੇ ਵਿੱਚ ਜੀਵਨ ਵਿੱਚ ਫਰਕ ਆਉਂਦਾ ਹੈ ਤਾਂ ਉਹਦਾ ਕਾਰਨ ਜਾਂ ਡਰ ਹੁੰਦਾ ਹੈ ਤੇ ਜਾਂ ਕੋਈ ਲਾਲਚ ਦੇ ਕੇ ਉਸਨੂੰ ਬਦਲਿਆ ਜਾ ਸਕਦਾ ਤੇ ਸੰਤ ਦੀ ਨਿਸ਼ਾਨੀ ਕੀ ਹੈ ਨਾ ਉਹ ਲਾਲਚ ਵਿੱਚ ਆਉਂਦਾ ਨਾ ਉਹ ਕਿਸੇ ਕੋਲੋਂ ਡਰਦਾ ਸੰਤਨ ਅਵਰ ਨਾ ਕਾਹੂ ਜਾਣੀ ਬੇਪਰਵਾਹ ਸਦਾ ਰੰਗ ਹਰ ਕੇ ਸੂਰਬੀਰ ਬਚਨ ਕੇ ਬਲੀ ਕੌਲਾਂ ਬੱਪਰੀ ਸੰਤੀ ਛਲੀ ਇਸ ਕਿਸਮ ਦਾ ਦ੍ਰਿੜ ਵਿਸ਼ਵਾਸ ਤੇ ਦ੍ਰਿੜ ਅਵਸਥਾ ਉਹਨਾਂ ਦੀ ਪ੍ਰਭੂ ਨਾਲ ਜੁੜੀ ਹੋਈ ਹੁੰਦੀ ਹੈ ਉਸ ਦਾ ਨਾਮ ਸੰਤ ਹੈ ਕਿਸੇ ਭੇਖਧਾਰੀ ਦਾ ਨਾਂ ਨਹੀਂ ਸਤਿਗੁਰੂ ਨੇ ਬਾਣੀ ਵਿੱਚ ਇਹੋ ਗੱਲ ਅੱਗੇ ਜਾ ਕੇ ਆਖੀ ਕਹਿਣ ਲੱਗੇ ਸਿੱਖ ਦੀ ਵੀ ਗੁਰੂ ਨਾਲ ਪਿਆਰ ਦੀ ਇਹੋ ਨਿਸ਼ਾਨੀ ਉਹ ਵੀ ਇੰਨਾ ਹੀ ਦ੍ਰਿੜ ਹੈ ਸਤਿਗੁਰੂ ਕਹਿੰਦੇ ਨੇ ਸਮੁੰਦ ਸਾਗਰ ਇੱਥੇ ਵੀ ਐਗਜ਼ਾਂਪਲ ਦਿੰਦੇ ਨੇ ਝੱਖੜ ਝਾਂਗੀ ਮੀਂਹ ਬਰਸੇ
ਭੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁ ਖਾਰਾ ਜੇ ਦਰਮਿਆਨ ਵਿੱਚ ਸਮੁੰਦਰ ਵੀ ਪੈਂਦਾ ਹੋਵੇ ਉਹਦੇ ਸਾਹਮਣੇ ਲਹਿਰਾਂ ਇੰਨੀਆਂ ਖੌਫਨਾਕ ਹੋਣ ਕਿ ਮੌਤ ਦਰਸਾ ਰਹੀਆਂ ਹੋਣ ਤਾਂ ਉਹ ਪਰਵਾਹ ਨਹੀਂ ਕਰਦਾ ਮੇਰੇ ਤੇ ਗੁਰੂ ਦੇ ਦਰਮਿਆਨ ਵਿੱਚ ਸਾਗਰ ਵੀ ਨਹੀਂ ਆ ਸਕਦਾ ਸਮੁੰਦਰ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਏ ਕਿਉਂ ਜਾਂਦਾ ਉੱਥੇ ਵੀ ਮਲਿਆਗਰ ਵਾਲਾ ਮਸਲਾ ਆ ਜਾਂਦਾ ਗੁਰੂ ਨਾਲ ਸਿੱਖ ਕਿਉਂ ਜੁੜਦਾ ਗੁਰੂ ਕਹਿੰਦੇ ਨੇ ਗੁਰਦਾਤਾ ਗੁਰ ਹਿਵੈ ਘਰ ਹਿਵੈ ਘਰ ਦਾ ਅੱਖਰੀ ਅਰਥ ਕੀ ਹੈ ਹਿਮਾਲਿਆ ਪਰਬਤ ਠੰਡਕ ਬਰਫ ਦਾ ਘਰ ਗੁਰੂ ਵਿੱਚ ਵੀ ਇੰਨੀ ਸ਼ੀਤਲਤਾ ਹੈ ਕਿ ਇੰਨੀ ਸ਼ੀਤਲਤਾ ਕਿ ਤੱਤੀਆਂ ਲੋਹਾਂ ਤੇ ਆਸਾ ਜੂਨ ਦਾ ਮਹੀਨਾ ਚੱਲ ਰਿਹਾ ਹੈ 16 ਜੂਨ ਨੂੰ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਹੈ ਤੇ ਉਹ ਸ਼ਹੀਦੀ ਪੁਰਬ ਸਾਡੇ ਸਾਹਮਣੇ ਗੁਰੂ ਦੀ ਸ਼ੀਤਲਤਾ ਦਾ ਇੱਕ ਸਰੂਪ ਹੈ ਕਿ ਤੱਤੀਆਂ ਲੋਹਾਂ ਤੇ ਬੈਠੇ ਨੇ ਗਰਮ ਰੇਤੇ ਸੀਸ ਤੇ ਪਾਏ ਜਾ ਰਹੇ ਪਰ ਗੁਰੂ ਸ਼ੀਤਲ ਹੈ ਉਹਦੇ ਵਿੱਚ ਠੰਡਕ ਹੈ ਬਲਕਿ ਆਪਣੀ ਰਸਨਾ ਤੋਂ ਆਖ ਰਿਹਾ ਹੈ ਤਪਤ ਮਾਹੇ ਠੰਡ ਵਰਤਾਈ ਤਪਤ ਮਾਹੇ ਠੰਡ ਵਰਤਾਈ ਅਣਦ ਭਇਆ ਦੁੱਖ ਨਾਠੇ ਬਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਇਸੇ ਲਈ ਉਹਨਾਂ ਦੀ ਸ਼ੀਤਲਤਾ ਤੇ ਉਹ ਗੁਰੂ ਕੋਲੋਂ ਸ਼ੀਤਲਤਾ ਤੇ ਠੰਡਕ ਲੈਣ ਲਈ ਸਿੱਖ ਗੁਰੂ ਨਾਲ ਜੁੜਿਆ ਹੋਇਆ ਤੇ ਉਹਨੂੰ ਮਿਲੀ ਹੈ ਜਦੋਂ ਮੈਂ ਹੈਰਾਨ ਹੁੰਦਾ ਭਾਈ ਗੁਰਦਾਸ ਜੀ ਨੇ ਸਿੱਖ ਦੀ ਨਿਸ਼ਾਨੀ ਵੀ ਜਿੱਥੇ ਗੁਰੂ ਦੀ ਨਿਸ਼ਾਨੀ ਦੱਸੀ ਨਾ ਕਿ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੈ ਲੋਏ ਉੱਥੇ ਸਿੱਖ ਦੀ ਨਿਸ਼ਾਨੀ ਭਾਈ ਗੁਰਦਾਸ ਜੀ ਨੇ ਦੱਸੀ ਕਹਿਣ ਲੱਗੇ ਜਦੋਂ ਗੁਰੂ ਨਾਲ ਜੁੜਦਾ ਹੈ ਉਹਦਾ ਸਰੂਪ ਉਹਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਭਾਈ ਸਭ ਕਹਿੰਦੇ ਨੇ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸਣ ਦਾ ਪਾਣੀ ਪਾਣੀ ਚੱਲੇ ਨਿਵਾਣ ਨੂੰ ਉਹਦੀ ਅਵਸਥਾ ਕੀ ਹੋ ਜਾਂਦੀ ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸੀਤਲ ਸ਼ੁੱਧ ਪ੍ਰਾਣੀ ਅੱਗੇ ਕਹਿੰਦੇ ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਿਰਤੀ ਹਾਣੀ ਪਰ ਇੱਕ ਖਿਆਲ ਕਰਿਓ ਕਹਿਣ ਲੱਗੇ ਤੱਪੇ ਪਰ ਉਪਕਾਰ ਨੂੰ ਛਾਵੇਂ ਠੰਡੇ ਪਰ ਉਪਕਾਰ ਵਿਹਾਨ ਉਹ ਸੀਤਲਤਾ ਵਿੱਚ ਵੀ ਪਰ ਉਪਕਾਰੀ ਬਲਕਿ ਇੱਥੋਂ ਤੱਕ ਕਹਿ ਦਿੱਤਾ ਜੇ ਉਹਨੂੰ ਉਬਾਲ ਵੀ ਦਿੱਤਾ ਜਾਏ ਪਰ ਆਪਣੇ ਅੰਦਕ ਦੀ ਅੰਦਰ ਦੀ ਠੰਡਕ ਨਹੀਂ ਛੱਡਦਾ ਜੇ ਅਖੀਰ ਤੇ ਕਹਿਣ ਲੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਿ ਅਗਨ ਬੁਝਾਏ ਤਪਤ ਵਿੱਚ ਉਬਲਦਾ ਹੋਇਆ ਪਾਣੀ ਵੀ ਤੁਸੀਂ ਅੱਗ ਦੇ ਭਾਂਬੜ ਤੇ ਪਾ ਦਿਓ ਤਾਂ ਉਹਨੇ ਪੈਟਰੋਲ ਨਹੀਂ ਬਣ ਜਾਣਾ ਉਹਨੇ ਗੈਸ ਨਹੀਂ ਬਣ ਜਾਣਾ ਉਹਨੇ ਪਾਣੀ ਉਹਨੇ ਅੰਦਰ ਦੀ ਸ਼ੀਤਲਤਾ ਨਾਲ ਉਹ ਅੱਗ ਬੁਝਾ ਦੇਣੀ ਹੈ ਜਿਹਦੇ ਉੱਤੇ ਗਰਮ ਪਾਣੀ ਵੀ ਪਵੇਗਾ ਐਸਾ ਕਹਿਣ ਲੱਗਿਆ ਅਗਨ ਬੁਝਾਏ ਤਪਤ ਵਿੱਚ ਠੰਡਾ ਹੁੰਦੇ ਬਿਲਮ ਨਾ ਆਣੀ ਕਹਿਣ ਲੱਗੇ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰਦਾਤਾ ਗੁਰ ਹਿਵੇ ਘਰ ਨਾਲ ਜੋੜ ਕੇ ਸਿੱਖ ਦੀ ਨਿਸ਼ਾਨੀ ਵੀ ਇਹ ਹੋ ਜਾਂਦੀ ਹੈ ਕਿ ਉਹਦਾ ਅੰਦਰ ਠੰਡ ਸੀਤਲਤਾ ਨਾਲ ਭਰਿਆ ਜਾਂਦਾ ਹੈ ਇਸ ਲਈ ਉਹ ਗੁਰੂ ਨਾਲ ਜੁੜ ਕੇ ਰਹਿੰਦਾ ਹੈ ਇਸੇ ਤਰ੍ਹਾਂ ਰੱਬ ਪ੍ਰਭੂ ਨਾਲ ਜੁੜ ਕੇ ਸੰਤ ਦੀ ਨਿਸ਼ਾਨੀ ਵੀ ਇਹੋ ਹੈ ਜੇ ਉਹ ਸੱਚਮੁੱਚ ਪ੍ਰਭੂ ਦਾ ਪਿਆਰ ਹੈ ਜੇ ਪ੍ਰਭੂ ਨਾਲ ਸੰਬੰਧ ਰੱਖਦਾ ਹੈ ਤੇ ਫਿਰ ਉਹਦੀ ਨਿਸ਼ਾਨੀ ਵੀ ਇਹ ਹੋ ਜਾਂਦੀ ਹੈ ਕਿ ਜਿਵੇਂ ਮਲਿਆਗਰ ਭਯੰਗਮ ਵੇਡਿਆ ਤਾਂ ਸੀਤਲਤਾ ਨਾ ਤਿਆਗਾ ਉਹ ਠੰਡਕ ਨਹੀਂ ਛੱਡਦਾ ਇਹੋ ਜਿਹੀ ਅਵਸਥਾ ਸੰਤ ਜਨ ਦੀ ਹੈ ਤੇ ਇਹੋ ਜਿਹੀ ਅਵਸਥਾ ਹੀ ਗੁਰੂ ਨਾਲ ਜੁੜੇ ਹੋਏ ਸਿੱਖ ਦੀ ਹੈ ਆਪਣੀ ਰਸਨਾ ਤੋਂ ਬਾਬਾ ਕਬੀਰ ਜੀ ਕਹਿੰਦੇ ਨੇ ਮਲਿਆਗਰ ਭੁਜੰਗ ਮਲਿਆਗਰ ਭੁਜੰਗ ਮੈਂ
चंदन नालों भी ज्यादा शीतलता साध संगत विच होवे उन्दे विच बैठन वाले विच होवे। सतगुरु बाणी विच कहंदे ने चंदन चंद ना सर्द रुत मूल ना मिटई घाम शीतल थीमे नानका, शीतल थीमे नानका जपंदड़ो हरे नाम। अपनी रचना तो सतगुरु ने बाणी विच आख्या, कह लगे चंदन चंद ते सर्दी दी रुत नालों भी ज्यादा शीतलता उस मनुख विच है जिन्हों गुरु ने बख्शिश करके नाम नाल प्रभु दे गुणा नाल जुड़े है। और ओ प्रभु दे गुणा दा सतगुरु गुणी निधान है, गुण कर बख्शे अवगुणे आरे, उन्हां गुणा दा खजाना गुरु है। ते एहो ही प्रतीक असी देखने आ इस महीने विच हर साल गुरु अर्जन पातशाही दा पुरब मना के, कि सचमुच तत्तियां लोहां ते गर्म रहते हैं ते उबलदियां देगियां विच भी गुरु शीतल है। इसलिए गुर सतगुरु कहिंदे ने गुरदाता गुर हिवै घर है। हिवै घर दा मतलब है बर्फ दा घर, हिवै दा मतलब हिमालय, हिम हिम कहिंदे ने बर्फ नूं, ते हिमालय दा अर्थ की है बर्फ वाला, हिमालय बर्फ दा घर है। हिमालय पर्वत असीं उसे नूं कहने जिथे चारों तरफ बर्फ ही बर्फ दा पहाड़ हो। सतगुरु कहिंदे ने गुरदाता गुर हिवै घर, गुरु हिमालय पर्वत है। ते सिख जिहड़ा उहदे नाल संबंध जोड़दा है उहदे अंदर शीतलता, इन्नी शीतलता आ जाती है कि वह संसार जिहड़ा जीओ तपत है बारो बार, तप तप खपै बहुत बेकार, ऐसा गुरु शब्द नाल गुरबाणी दे नाल जुड़दा है तो फिर उहदे विच शीतलता आउंदी है। इन्हां शब्दां नाल खिमा दा जाचका फतेह बुलाओ। वाहिगुरु जी का खालसा, वाहिगुरु जी की फतेह।